ਹੈਲੋ एवरीवन ਵੈਲਕਮ ਟੂ ਸਟੱਡੀ ਰਹੱਸਿਆ ਅੱਜ ਕਰ ਰਹੇ ਹਾਂ ਕਿ ਸ਼੍ਰੀ ਗੁਰੂ ਰਾਮਦਾਸ ਜੀ ਦੇ ਬਾਰੇ ਆਪਾਂ ਇਹ ਆਪਣੇ ਸਿੱਖ ਗੁਰੂਆਂ ਦਾ ਚੌਥਾ 파ਟ ਹੈਗਾ ਆਲਰੇਡੀ ਮੈਨੇ ਤਿੰਨ 파ਟ ਅਪਲੋਡ ਕਰ ਦਿੱਤੇ ਨੇਗੇ ਉਹਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਜਾਂ ਇਸੇ ਵੀਡੀਓ ਦੇ ਫਰਸਟ ਕਮੈਂਟ ਦੇ ਵਿੱਚ ਤੁਹਾਨੂੰ ਮਿਲ ਜੇਗਾ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵੀਡੀਓ ਔਰ ਅੰਗਦ ਦੇਵ ਜੀ ਦੀ ਸ੍ਰੀ ਗੁਰੂ ਅਮਰਦਾਸ ਜੀ ਦੀ ਇਹ ਤਿੰਨੋਂ ਅਪਲੋਡ ਹੋ ਚੁੱਕੀਆਂ ਨੇ ਤੇ ਹੁਣ ਕਰ ਰਹੇ ਆਪਾਂ ਸ੍ਰੀ ਗੁਰੂ ਰਾਮਦਾਸ ਜੀ ਦੇ ਬਾਰੇ ਔਰ ਤੁਸੀਂ ਟੈਲੀਗ੍ਰਾਮ ਚੈਨਲ ਨੂੰ ਵੀ ਜੁਆਇਨ ਕਰ ਸਕਦੇ ਹੋ ਸਭ ਤੋਂ ਪਹਿਲਾਂ ਜਿਹੜੇ ਹੈਗੇ ਨੇ ਗਿਆ ਸ੍ਰੀ ਗੁਰੂ ਰਾਮਦਾਸ ਜੀ ਦਾ ਜਿਹੜਾ ਗੁਰਗੱਦੀ ਦਾ ਟਾਈਮ ਸੀ ਕਿੰਨਾ ਸੀਗਾ 1574 ਈਸਵੀ ਤੋਂ ਲੈ ਕੇ 1581 ਈਸਵੀ ਤੱਕ ਤੇ ਇਹ ਸਿੱਖਾਂ ਦੇ ਚੌਥੇ ਗੁਰੂ ਸੀਗੇ ਤਿੱਕੇ ਫੋਰਥ ਗਰੂ ਸੀਗੇ ਸਿੱਖ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਦਾ ਜਨਮ ਕਦੋਂ ਹੋਇਆ ਸੀਗਾ 24 ਸਤੰਬਰ 1534 ਨੂੰ ਲਾਹੌਰ ਦੀ ਚੂਨਾ ਮੰਡੀ ਵਿੱਚ ਹੋਇਆ ਸੀਗਾ ਤੇ ਜਿੱਥੇ ਇਹਨਾਂ ਦਾ ਜਨਮ ਹੋਇਆ ਸੀਗਾ ਉੱਥੇ ਅੱਜਕੱਲ੍ਹ ਲਾਹੌਰ ਮਤਲਬ ਕਿੱਥੇ ਹੈਗਾ ਪਾਕਿਸਤਾਨ ਦੇ ਵਿੱਚ ਚੂਨਾ ਮੰਡੀ ਦੇ ਵਿੱਚ ਇਹਨਾਂ ਦਾ ਬਰਥ ਹੋਇਆ ਸੀਗਾ ਤੇ ਜਿੱਥੇ ਅੱਜ ਜਿੱਥੇ ਇਹਨਾਂ ਦਾ ਜਨਮ ਹੋਇਆ ਸੀਗੇ ਉਸ ਜਗ੍ਹਾ ਦੇ ਉੱਪਰ ਕੀ ਬਣਿਆ ਹੋਇਆਗਾ ਗੁਰਦੁਆਰਾ ਬਣਿਆ ਹੋਇਆ ਜਿਹਦਾ ਨਾਮ ਕੀ ਹੈਗਾ ਗੁਰਦੁਆਰਾ ਜਨਮ ਅਸਥਾਨਾਗਾ ਏ ਸ਼੍ਰੀ ਗੁਰੂ ਰਾਮਦਾਸ ਜੀ ਦੇ ਨਾਮ ਨਾਲ ਇਹ ਬੰਨਿਆ ਹੋਇਆਗਾ ਤੇ ਇਹਨਾਂ ਦਾ ਜਿਹੜਾ ਜਨਮ ਹੈਗਾ ਸ਼੍ਰੀ ਗੁਰੂ ਰਾਮਦਾਸ ਜੀ ਦਾ ਇਹ ਕਿਹੜੇ ਫੈਮਿਲੀ ਦੇ ਵਿੱਚ ਹੋਇਆ ਸੀਗਾ ਸੋਦੀ ਖੱਤਰੀ ਫੈਮਿਲੀ ਦੇ ਵਿੱਚ ਇਹਨਾਂ ਦਾ ਬਰਤ ਹੋਇਆ ਸੀ ਹਿਸ ਫਾਦਰ ਵਾਜ਼ਾ ਹਰੀਦਾਸ ਪਿਤਾ ਦਾ ਨਾਮ ਹੈਗਾ ਸੀ ਹਰੀਦਾਸ ਮਾਤਾ ਦਾ ਨਾਮ ਹੈਗਾਗਾ ਅਨੂਪ ਦੇਵੀ ਤੇ ਇੱਕ ਇਹਨਾਂ ਦਾ ਸੈਕਿੰਡ ਨੇਮ ਹੋ ਰਿਹਾਗਾ ਦਿਆਕੌਰ ਤੋਂ ਨੁੱਕੇ ਜਗਾ ਤੇ ਆਪਸ਼ਨ ਦੇ ਅੰਦਰ ਦਿਆਕੌਰ ਮਿਲੇਗਾ ਜਾਂ ਅਨੂਪ ਦੇਵੀ ਮਿਲੇਗਾ ਤਾਂ ਸੇਮ ਮੀਨਿੰਗ ਹੈ ਜਿੱਦਾਂ ਇੱਕ ਪਰਸਨ ਦੇ ਦੋ ਨਾਮ ਹੁੰਦੇ ਨੇ ਤਾਂ ਸੇਮ ਐਜ਼ ਇਹੀ ਸੀਗਾ ਤੇ ਜਿਹੜਾ ਗੁਰੂ ਰਾਮਦਾਸ ਜੀ ਦੇ ਮਾਤਾ ਪਿਤਾ ਸੀਗੇ ਜਦੋਂ ਇਹ 7 ਸਾਲ ਦੇ ਸੀ ਗੁਰੂ ਰਾਮਦਾਸ ਜੀ ਉਦੋਂ ਇਹਨਾਂ ਦੀ ਡੈਥ ਹੋ ਗਈ ਸੀ ਇਹਨਾਂ ਦੇ ਮਾਤਾ ਪਿਤਾ ਦੀ ਤਾਂ 7 ਸਾਲ ਦੀ ਉਮਰ ਦੇ ਵਿੱਚ ਮਤਲਬ ਇਹ ਅਨਾਥ ਹੋ ਗਏ ਸਾਂ ਆਪਾਂ ਕਹਿ ਸਕਦੇ ਹਾਂ ਕਿ ਇਹਨਾਂ ਦਾ ਪਾਲਣ ਪੋਸ਼ਣ ਇਹਨਾਂ ਦੀ ਦਾਦੀ ਜੀ ਨੇ ਕੀਤਾ ਸੀਗਾ ਗੁਰੂ ਰਾਮਦਾਸ ਜੀ ਦੀ ਤੇ ਗੁਰੂ ਜੀ ਦੇ ਬਚਪਨ ਦਾ ਨਾਮ ਕੀ ਸੀਗਾ ਜੇਠਾ ਸੀਗਾ ਜੇਠਾ ਦਾ ਮਤਲਬ ਕੀ ਹੈਗਾ ਜਿੱਦਾਂ ਆਪਣੇ ਸਪੋਸ ਕਰੋ ਚਾਰ ਪੈਨ ਭਰਾ ਨੇ ਤਾਂ ਚਾਰ ਪੈਨ ਭਰਾਵਾਂ ਦੇ ਵਿੱਚ ਜਿਹੜਾ ਪਹਿਲਾ ਬੱਚਾ ਹੋਇਆਗਾ ਚਾਹੇ ਉਹ ਲੜਕਾ ਚਾਹੇ ਉਹ ਲੜਕੀ ਉਹਨੂੰ ਕੀ ਬੋਲਿਆ ਜਾਂਦਾਗਾ ਜੇਠਾ ਬੋਲਿਆ ਜਾਂਦਾਗਾ ਤਾਂ ਉਦੋਂ ਹੀ ਗੁਰੂ ਜੀ ਵੀ ਵੱਡੇ ਸੀਗੇ ਸਭ ਤੋਂ ਤਾਂ ਗੁਰੂ ਜੀ ਦਾ ਨਾਮ ਕੀ ਸੀ ਬਚਪਨ ਦੇ ਵਿੱਚ ਜੇਠਾ ਸੀਗਾ ਜੇਠਾ ਜੀ ਬਚਪਨ ਤੋਂ ਹੀ ਧਾਰਮਿਕ ਸੁਭਾਅ ਦੇ ਮਾਲਕ ਸਨ ਇੱਕ ਵਾਰ ਉਹ ਕੁਝ ਸਿੱਖਾਂ ਦੇ ਨਾਲ ਗੋਇੰਦਵਾਲ ਸਾਹਿਬ ਗਏ ਤਾਂ ਉੱਥੇ ਉਹ ਸ੍ਰੀ ਗੁਰੂ ਅਮਰਦਾਸ ਜੀ ਦੀ ਸ਼ਖਸੀਅਤ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਉਹ ਉਹਨਾਂ ਦੇ ਸਿੱਖ ਬਣ ਗਏ ਤਾਂ ਇਹਨਾਂ ਨੇ ਫੋਲੋ ਕਰਨਾ ਸ਼ੁਰੂ ਕਰਤਾ ਗੁਰੂ ਅਮਰਦਾਸ ਜੀ ਨੂੰ ਤੇ ਉਹ ਗੁਰੂ ਜੀ ਦੀ ਸੇਵਾ ਕਰਦੇ ਤੇ ਆਪਣਾ ਗੁਜ਼ਾਰਾ ਉਬਲੇ ਹੋਏ ਛੋਲੇ ਵੇਚ ਕੇ ਹੀ ਕਰਦੇ ਸੀਗੇ ਸ੍ਰੀ ਗੁਰੂ ਅਮਰਦਾਸ ਜੀ ਨੇ ਭਾਈ ਜੇਠਾ ਦੀ ਭਗਤੀ ਭਾਵਨਾ ਤੇ ਸੇਵਾ ਭਾਵ ਤੋਂ ਖੁਸ਼ ਹੋ ਕੇ ਆਪਣੀ ਸੁਪਤਰੀ ਬੀਬੀ ਪਾਨੀ ਦਾ ਵਿਆਹ ਉਹਨਾਂ ਨਾਲ ਕਰ ਦਿੱਤਾ ਹੁਣ ਦੇਖ ਗੁਰੂ ਅਮਰਦਾਸ ਜੀ ਦੀ ਬੇਟੀ ਦਾ ਨਾਮ ਕੀ ਹੈਗਾ ਬੀਬੀ ਪਾਨੀ ਤਾਂ ਗੁਰੂ ਅਮਰਦਾਸ ਜੀ ਨੇ ਇਹਨਾਂ ਦਾ ਵਿਆਹ ਕਿਸ ਨਾਲ ਕਰਤਾ ਭਾਈ ਜੇਠਾ ਜੀ ਨਾਲ ਕਰਦਾ ਆਪਣੀ ਬੇਟੀ ਦਾ ਵਿਆਹ ਤਾਂ ਇਸ ਤੋਂ ਬਾਅਦ ਪਾਈ ਜੇਠਾ ਜੀ ਦੇ ਕਰ ਤਿੰਨ ਪੁੱਤਰਾਂ ਨੇ ਜਨਮ ਲਿਆਗਾ ਉਹਨਾਂ ਦੇ ਨਾਮ ਕੀ ਨੇਗੇ ਪਿਰਥੀ ਚੰਦ ਜਾਂ ਪਿਰਥੀ ਆ ਇਹ ਸਭ ਤੋਂ ਵੱਡੇ ਪੁੱਤਰ ਸੀਗੇ ਫਿਰ ਹੈਗੇ ਮਹਾਦੇਵ ਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਜਿਹੜੇ ਕਿ ਇਹਨਾਂ ਦੇ ਛੋਟੇ ਪੁੱਤਰ ਸੀਗੇ ਤੀਜੇ ਪੁੱਤਰ ਸੀਗੇ ਪਾਈ ਜੇਠਾ ਜੀ ਦਾ ਥੈਟ ਮੀਨਸ ਪਾਈ ਜੇਠਾ ਜੀ ਮਤਲਬ ਸ਼੍ਰੀ ਗੁਰੂ ਰਾਮਦਾਸ ਜਿਉਂਕਿ ਇਹਨਾਂ ਦਾ ਬਚਪਨ ਦਾ ਨਾਮ ਪਾਈ ਜੇਠਾ ਜੇ ਸੀਗਾ ਤਾਂ ਗੁਰੂ ਜੀ ਨੇ ਇਹਨਾਂ ਦਾ ਨਾਮ ਚੇਂਜ ਕੀਤਾਗਾ ਗੁਰੂ ਅਮਰਦਾਸ ਜੀ ਨੇ ਪਾਈ ਜੇਠਾ ਜੀ ਦੀ ਸੇਵਾ ਤੋਂ ਪ੍ਰਸੰਨ ਹੋ ਕੇ ਪਾਈ ਜੇਠਾ ਜੀ ਨੂੰ ਆਪਣਾ ਉਤਰਾਧਿਕਾਰੀ ਨਿਯੁਕਤ ਕੀਤਾ ਤਾਂ ਗੁਰੂ ਜੀ ਨੇ ਕਿਉਂ ਗੁਰਗੱਦੀ ਸੌਂਪਤੀ ਸੀਗੀ ਗੁਰੂ ਅਮਰਦਾਸ ਜੀ ਨੇ ਪਾਈ ਜੇਠਾ ਜੀ ਨੂੰ ਜੋ ਕਿ ਸ੍ਰੀ ਗੁਰੂ ਰਾਮਦਾਸ ਜੀ ਦੇ ਨਾਮ ਨਾਲ ਫੇਮਸ ਹੋਏ ਸੀਗੇ ਪ੍ਰਸਿੱਧ ਹੋਏ ਸੀਗੇ ਗੁਰੂ ਪਾਈ ਜੇਠਾ ਜੀ ਗੁਰੂ ਰਾਮਦਾਸ ਜੀ ਦੇ ਨਾਮ ਨਾਲ ਵਿਰਾਂਧਾਗਾ ਸਿੱਖ ਧਰਮ ਦੇ ਯੋਗਦਾਨ ਵਿਕਾਸ ਦੇ ਵਿੱਚ ਕੀ ਕੀ ਯੋਗਦਾਨ ਪਾਇਆ ਤਾਂ ਗੁਰੂ ਰਾਮਦਾਸ ਜੀ ਦਾ ਜਿਹੜਾ ਗੁਰਗੱਦੀ ਕਿੰਨੇ ਟਾਈਮ ਰਹੇ ਸੀ ਕਿ ਆਲਮੋਸਟ 7 ਸਾਲ ਤੱਕ ਗੁਰਗੱਦੀ ਤੇ ਰਹੇ ਸੀਗੇ ਵਿਰਜਮਾਨ 1576 ਤੋਂ ਲੈ ਕੇ 1581 ਤੱਕ ਵਿਰਜਮਾਨ ਰਹੇ ਇਹਨਾਂ ਨੇ ਬਹੁਤ ਹੀ ਮਤਲਬ ਕਾਫੀ 7 ਸਾਲਾਂ ਦੇ ਅੰਦਰ ਇਹਨਾਂ ਨੇ ਕਾਫੀ ਕੁਝ ਕੀਤਾ ਹੈ ਕਿ ਕਿਹੜੇ ਕਿਹੜੇ ਕੰਮ ਕੀਤੇ ਆਪਾਂ ਉਹ ਦੇਖਦੇ ਆਂਗੇ ਰਾਮਦਾਸਪੁਰ ਜਾਂ ਅੰਮ੍ਰਿਤਸਰ ਦੀ ਨੀਂਹ ਸਥਾਪਨਾ ਕਿਉਂਕਿ ਅੰਮ੍ਰਿਤਸਰ ਦੇ ਇੱਕ ਨਾਮ ਕੀ ਹੈਗਾ ਰਮਦਾਸਪੁਰ ਹੈ ਰਮਦਾਸਪੁਰ ਜ ਮਤਲਬ ਗੁਰੂ ਜੀ ਦੇ ਨਾਮ ਤੋਂ ਹੀ ਇਹ ਨਾਮ ਪਿਆ ਹੈਗਾ RAMDAS ਗੁਰੂ ਦੇ ਨਾਮ ਸੀ ਤਾਂ ਪਿੱਛੇ ਕੀ ਲਗਾਤਾ ਪੁਰ ਰਮਦਾਸਪੁਰ ਜ ਅੰਮ੍ਰਿਤਸਰ ਨਗਰ ਦੀ ਸਥਾਪਨਾ ਸ੍ਰੀ ਗੁਰੂ RAMDAS ਜੀ ਦੀ ਸਿੱਖ ਧਰਮ ਨੂੰ ਸਭ ਤੋਂ ਵੱਡੀ ਦੇਰ ਹੈ ਸਭ ਤੋਂ ਵੱਡੀ ਚੀਜ਼ ਮਿਲਿਆ ਕਿ ਸਿੱਖਾਂ ਨੂੰ ਇਹ ਚੀਜ਼ ਉਹਨਾਂ ਨੇ 1577 ਈਸਵੀ ਵਿੱਚ ਬਾਬਾ ਬੁੱਢਾ ਜੀ ਦੀ ਨਿਗਰਾਨੀ ਹੇਠ ਅੰਮ੍ਰਿਤ ਸਰੋਵਰ ਦੀ ਖੁਦਾਈ ਦਾ ਕੰਮ ਸ਼ੁਰੂ ਕਰਵਾਇਆ ਹੁਣ ਦੇਖੋ ਕਈ ਚੀਜ਼ਾਂ ਇਹ ਜਿਹਾ ਹੋਣਗੀਆਂ ਜੋ ਸ਼ੁਰੂਤਾਂ ਕਰਵਾਈਆਂ ਨੇ ਗੁਰੂ ਰਾਮਦਾਸ ਜੀ ਨੇ ਬਟ ਉਹਨਾਂ ਨੂੰ ਪੂਰਾ ਕੌਣ ਕਰਵਾਏਗਾ ਗੁਰੂ ਰਾਮਦਾਸ ਜੀ ਦੇ بیٹے ਗੁਰੂ ਅਰਜਨ ਦੇਵ ਜੀ ਪੂਰਾ ਕਰਵਾਣਗੇ ਆਪਾਂ ਅੱਗੇ ਡਿਸਕਸ ਕਰਾਂਗੇ ਤਾਂ ਮਤਲਬ ਕਿ ਇਹ ਤੁਹਾਨੂੰ ਕਨਫਿਊਜ਼ਨ ਹੋ ਸਕਦੀ ਹੈ ਵੀ ਕਿਹਨੇ ਕਰਵਾਇਆ ਕਿਹਨੇ ਮਤਲਬ ਕੀ ਮੈਂ ਕੀਤਾਗਾ ਤਾਂ ਸਟਾਰਟਿੰਗ ਕੀਤੀ ਸੀ ਗੁਰੂ ਰਾਮਦਾਸ ਜੀ ਨੇ ਬਟ ਪੂਰਾ ਕਰਵਾਉਂਦੇ ਸੀਗੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਕੁਝ ਕੁ ਚੀਜ਼ਾਂ ਜਿਹੇ ਜੇ ਹੈਗੀਆਂ ਨੇ ਅੱਪਾ ਡਿਸਕਸ ਕਰਾਂਗੇ ਹਲੇ ਅੱਗੇ ਉਹਨਾਂ ਨੇ 1573 ਅਸੀਂ ਵਿੱਚ ਬਾਬਾ ਬੁੱਢਾ ਜੀ ਦੀ ਨਿਗਰਾਨੀ ਹੇਠ ਅੰਮ੍ਰਿਤ ਸਰੋਵਰ ਦੀ ਖੁਦਾਈ ਦਾ ਕੰਮ ਸ਼ੁਰੂ ਕਰਵਾਇਆ ਅਤੇ ਉਹਨਾਂ ਨੇ ਸਿੱਖਾਂ ਨੂੰ ਰਮਦਾਸਪੁਰ ਜਾ ਕੇ ਵਸਣ ਦਾ ਦੇਸ਼ ਦਿੱਤਾ ਗੁਰੂ ਜੀ ਨੇ ਕਿਹਾ ਵੀ ਸਿੱਖੋ ਉੱਥੇ ਚਲੇ ਜਾਨ ਤਾਂ ਗੁਰੂ ਜੀ ਦੇ ਆਦੇਸ਼ ਅਨੁਸਾਰ ਇੱਥੇ 52 52 52 ਵਪਾਰੀ ਵੀ ਆ ਕੇ ਵਸ ਗਏ ਜਿਨ੍ਹਾਂ ਨੇ ਇੱਥੇ ਆਪਣਾ ਕਾਰੋਬਾਰ ਆਰੰਭ ਕਰ ਦਿੱਤਾ ਮਤਲਬ ਹੌਲੀ ਹੌਲੀ ਬਿਜ਼ਨਸ ਸਟਾਰਟ ਕਰ ਲੈਣਾ ਲੋਕਾਂ ਨੇ ਵਪਾਰੀਆਂ ਨੇ ਤਾਂ ਹੌਲੀ ਹੌਲੀ ਇੱਥੇ ਇੱਕ ਬਾਜ਼ਾਰ ਬਣ ਗਿਆ ਜਿਹਦਾ ਨਾਮ ਕੀ ਸੀਗਾ ਗੁਰੂ ਦਾ ਬਾਜ਼ਾਰ ਕਿਹਾ ਜਾਣ ਲੱਗ ਗਿਆ ਠੀਕ ਹੈ ਕਾਈ ਫੇਮਸ ਹੋ ਗਿਆ ਰਮਦਾਸਪੁਰ ਨੂੰ ਚੱਕ ਗੁਰੂ ਚੱਕ ਗੁਰੂ ਰਾਮਦਾਸ ਦੇ ਨਾਮ ਨਾਲ ਵੀ ਜਾਣਿਆ ਜਾਣ ਲੱਗ ਪਿਆ। ਮਤਲਬ ਅੰਮ੍ਰਿਤਸਰ ਦੇ ਕਾਫੀ ਨੇਮ ਲੈਂਗੇ ਰਮਦਾਸਪੁਰ ਚੱਕ ਗੁਰੂ ਚੱਕ ਗੁਰੂ ਰਾਮਦਾਸ ਤੇ ਅੰਮ੍ਰਿਤਸਰ ਨਾਮ ਕਿਵੇਂ ਪਿਆ ਕਿਉਂਕਿ ਇੱਥੇ ਇੱਕ ਅੰਮ੍ਰਿਤ ਸਰੋਵਰ ਨਾਮ ਦਾ ਮਤਲਬ ਅੰਮ੍ਰਿਤ ਸਰੋਵਰ ਸੀਗਾ ਤਾਂ ਉਸ ਤੋਂ ਨਾਮ ਕੀ ਪੈ ਗਿਆਗਾ ਅੰਮ੍ਰਿਤਸਰ ਪੈ ਗਿਆਗਾ। ਤਾਂ ਹੌਲੀ-ਹੌਲੀ ਇਹ ਨਗਰ ਧਰਮ ਪ੍ਰਚਾਰ ਤੇ ਵਪਾਰ ਦਾ ਇੱਕ ਵੱਡਾ ਕੇਂਦਰ ਬਣ ਗਿਆਗਾ ਅੰਮ੍ਰਿਤਸਰ। ਇਸ ਤੋਂ ਬਾਅਦ ਆਂਦਾਗਾ ਮਸੰਦ ਪ੍ਰਥਾ ਦਾ ਆਰੰਭ ਹੁਣ ਦੇਖੋ ਉਰੇ ਵੀ ਆਪ ਨੂੰ ਕਨਫਿਊਜ਼ਨ ਹੋਏਗਾ ਤੁਹਾਨੂੰ ਲੱਗੇਗਾ ਵੀ ਮਸੰਦ ਪ੍ਰਥਾ ਸਟਾਰਟ ਕੀਤੀ ਹੈ ਗੁਰੂ ਅਰਜਨ ਦੇਵ ਜੀ ਨੇ ਬਟ ਨਹੀਂ ਸ਼ੁਰੂ ਕੀਤਾ ਇਹਨਾਂ ਨੂੰ ਗੁਰੂ ਰਾਮਦਾਸ ਜੀ ਨੇ ਹੌਲੀ-ਹੌਲੀ ਅੱਗੇ ਹੀ ਕੰਟੀਨਿਊ ਹੁੰਦਾ ਗਿਆ ਆਪਾਂ ਉਹ ਵਿੱਚ ਡਿਸਕਸ ਕਰਾਂਗੇ ਦੇਖੋ ਫਿਲਹਾਲ ਦੇ ਲਈ ਤਾਂ ਮਸੰਦ ਪ੍ਰਥਾ ਸ਼ੁਰੂ ਕਿਹਨੇ ਕੀਤੀ ਹੈਗੀ ਗੁਰੂ ਰਾਮਦਾਸ ਜੀ ਨੇ ਸ੍ਰੀ ਗੁਰੂ ਰਾਮਦਾਸ ਜੀ ਨੇ ਮਸੰਦ ਪ੍ਰਥਾ ਦਾ ਆਰੰਭ ਕੀਤਾ ਸਪਾਨਿਕ ਸਿੱਖ ਸੰਗਤ ਦੇ ਲਈ ਇਹ ਗੁਰੂ ਘਰ ਦੇ ਪ੍ਰਤੀਨਿਧੀ ਸਨ ਸੰਗਤ ਦੇ ਸਮੂਹਿਕ ਮਸਲਿਆਂ ਦਾ ਹੱਲ ਕਰਨਾ ਤੇ ਉਹਨਾਂ ਨੂੰ ਗੁਰੂ ਘਰ ਨਾਲ ਜੋੜਨਾ ਮਤਲਬ ਲੋਕਾਂ ਦੀ ਪ੍ਰੋਬਲਮਸ ਨੂੰ ਸੋਲਵ ਕਰਨਾ ਤੇ ਲੋਕਾਂ ਨੂੰ ਗੁਰੂ ਘਰ ਨਾਲ ਜੋੜਨਾ ਇਹ ਇਹਨਾਂ ਦਾ ਮੇਨ ਕੰਮ ਸੀਗਾ ਸੰਤ ਪ੍ਰਥਾ ਦਾ ਫਿਰ ਆਂਦਾ ਕ ਬਾਣੀ ਦੀ ਰਚਨਾ ਕਰਨੀ ਹੁਣ ਗੁਰੂ ਜੀ ਨੇ ਕੀ ਕੁਝ ਲਿਖਿਆ ਮਤਲਬ ਸ੍ਰੀ ਗੁਰੂ ਰਾਮਦਾਸ ਜੀ ਨੇ ਬਾਣੀ ਰਚਨਾਂ ਦਾ ਮਹੱਤਮਪੂਰਨ ਕਾਰਜ ਸੰਪੂਰਨ ਕੀਤਾ ਸ੍ਰੀ ਗੁਰੂ ਅਮਰਦਾਸ ਜੀ ਤੋਂ ਪ੍ਰਾਪਤ ਬਾਣੀ ਦੀ ਪੋਥੀ ਹੁਣ ਇਹਨਾਂ ਨੂੰ ਕਿੱਥੋਂ ਮਿਲੀ ਬੁੱਕੋ ਵਾਲੀ ਪੋਥੀ ਕਿੱਥੋਂ ਮਿਲੀ ਆਗੀ ਸ੍ਰੀ ਗੁਰੂ ਅਮਰਦਾਸ ਜੀ ਤੋਂ ਤਾਂ ਗੁਰੂ ਜੀ ਨੇ 30 ਰਾਗਾਂ ਦੇ ਵਿੱਚ ਬਾਣੀ ਦੀ ਰਚਨਾ ਕੀਤੀ ਹੈਗੀ ਤਾਂ ਗੁਰੂ ਅਮਰਦਾਸ ਆ ਰਾਮ ਦਾ ਸੋਰੀ ਗੁਰੂ ਰਾਮਦਾਸ ਜੀ ਨੇ 30 ਰਾਗਾਂ ਦੇ ਵਿੱਚ ਬਾਣੀ ਰਚਨਾ ਕੀਤੀ ਹੈਗੀ ਠੀਕ ਹੈ ਬਾਕੀ ਆਪਾਂ ਥੋੜੇ ਅੱਗੇ ਦੇਖਾਂਗੇ ਹਲੇ ਇਸ ਦੇ ਰਿਲੇਟਡ ਪੈਂਡਿੰਗ ਰੱਖੋ ਹਲੇ ਠੀਕ ਹੈ ਅੱਠ 12 ਅਤੇ ਘੋੜੀਆਂ ਦੇ ਨਾਲ-ਨਾਲ ਸੂਹੀ ਰਾਗਾਂ ਵਿੱਚ ਲਾਵਾ ਸਿਰਲੇਖ ਹੇਠ ਰਚਿਤ ਇਹਨਾਂ ਦੀ ਬਾਣੀ ਵਿਸ਼ੇਸ਼ ਰੂਪ ਵਿੱਚ ਜ਼ਿਕਰਯੋਗ ਹੈ ਮਤਲਬ ਜਦੋਂ ਆਪਾਂ ਲੜਕੇ ਦਾ ਵਿਆਹ ਹੁੰਦਾ ਤਾਂ ਘੋੜੀਆਂ ਗਾਇਆ ਜਾਂਦੀਆਂ ਨੇ ਤਾਂ ਇਹਨੂੰ ਵੀ ਕਿਹਨੇ ਇੰਟਰੋਡਿਊਸ ਕਰਵਾਇਆਗਾ ਸ਼੍ਰੀ ਰਾਮਦਾਸ ਜੀ ਨੇ ਗੁਰੂ ਰਾਮਦਾਸ ਜੀ ਨੇ ਕਰਵਾਇਆਗਾ ਅੱਠ 12 ਤੇ ਘੋੜੀਆਂ ਦੇ ਨਾਲ-ਨਾਲ ਸੂਹੀ ਰਾਗਾਂ ਵਿੱਚ ਲਾਵਾ ਲਾਵਾ ਮਤਲਬ ਜਿਹੜਾ ਵਿਆਹ ਦੇ ਟਾਈਮ ਲੱਤਿਆਂ ਜਾਂਦੇ ਕਿ ਮਤਲਬ ਸਿੱਖ ਤਰ੍ਹਾਂ ਦੇ ਵਿੱਚ ਹੁੰਦੀਆਂ ਨੇਗੀਆਂ ਠੀਕ ਹੈ ਤਾਂ ਇਹਨਾਂ ਦੀ ਬਾਣੀ ਵਿਸ਼ੇਸ਼ ਰੂਪ ਵਿੱਚ ਜ਼ਿਕਰਯੋਗ ਹੈ ਜੋ ਕਿ ਅਨੰਦ ਕਾਰਜ ਵਿਆਹ ਦੇ ਸਮੇਂ ਦੀ ਰਸਮ ਤੇ ਮੌਕੇ ਪੜੀ ਜਾਂਦੀ ਹੈ ਤਾਂ ਇਹਨੂੰ ਕਿਹਨੇ ਇੰਟਰੋਡਿਊਸ ਕਰਵਾਇਆ ਅਨੰਦ ਕਾਰਜ ਨੂੰ ਇਨਾ ਗੁਰੂ ਜੀ ਨੇ ਫਿਰ ਅੰਦਾਕਾ ਉਤਰਾਧਿਕਾਰੀ ਦੀ ਨਿਯੁਕਤੀ ਹੁਣ ਗੁਰਗੱਦੀ ਕਿਉਂ ਦੇਣੀ ਹੈਗੀ ਸ੍ਰੀ ਗੁਰੂ ਰਾਮਦਾਸ ਜੀ ਨੇ ਆਪਣੇ ਤਿੰਨੇ ਪੁੱਤਰਾਂ ਵਿੱਚੋਂ ਸ੍ਰੀ ਗੁਰੂ ਅਰਜਨ ਦੇਵ ਨੂੰ ਗੁਰਗੱਦੀ ਲਈ ਸਭ ਤੋਂ ਜੋਗ ਸਮਾਂ ਸਨ ਕਿਉਂਕਿ ਜਿਹੜਾ ਵੱਡੇ بیٹے ਸੇ ਪਿਰਥੀਆ ਉਹ ਕਾਫੀ ਲਾਲਚੀ ਤੇ ਸਾਜ਼ਿਸ਼ਕਾਰੀ ਮਨੁੱਖ ਸੀ ਅਤੇ ਮਹਾਂਦੇਵ ਦੀ ਸੰਸਾਰਿਕ ਕੰਮਾਂ ਵਿੱਚ ਕੋਈ ਰੁਚੀ ਨਹੀਂ ਸੀ ਉਹਨੂੰ ਕੋਈ ਇੰਟਰਸਟ ਨਹੀਂ ਸੀਗਾ ਉਹਨਾਂ ਨੂੰ ਦਾ 1581 ਵਿੱਚ ਸ੍ਰੀ ਗੁਰੂ ਰਾਮਦਾਸ ਜੀ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਆਪਣਾ ਉਤਰ ਨਿਕਾਰੀ ਨਿਯੁਕਤ ਕਰ ਦਿੱਤਾ ਤੇ 1 ਸਤੰਬਰ 1581 ਨੂੰ ਗੋਇੰਦਵਾਲ ਵਿਖੇ ਇਹਨਾਂ ਨੇ ਕੀ ਕੀਤਾ ਹੈਗਾ ਗੁਰੂ ਜੀ ਜੋਤੀ ਜੋਤ ਸਮਾ ਗਏ ਨੇਗੇ ਚੌਥੇ ਗੁਰੂ ਰਾਮਦਾਸ ਜੀ ਤਾਂ ਇਸ ਤੋਂ ਬਾਅਦ ਕਿਹਨੇ ਸਟਾਰਟ ਕਰ ਲਿਆ ਗੁਰਗੰਦੀ ਦਾ ਕੰਮ ਉਹਨਾਂ ਦੇ ਛੋਟੇ ਬੇਟੇ ਗੁਰੂ ਅਰਜਨ ਦੇਵ ਜੀ ਨੇ ਮਤਲਬ ਕੰਮ ਸ਼ੁਰੂ ਕਰਾਣੀ ਬੋਲੇ ਮਤਲਬ ਉਹਨਾਂ ਨੂੰ ਸੰਭਾਲਤੀਏਗੀ ਤਾਂ ਅੱਗੇ ਸਾਰੇ ਦੇਖਭਾਲ ਉਹ ਕਰਨਗੇ ਫਿਰ ਆਂਦਾਗਾ ਗੁਰੂ ਰਾਮਦਾਸ ਜੀ ਦਾ ਯੋਗਦਾਨ ਕੀ ਸੀਗਾ ਹੁਣ ਦੇਖੋ ਜਿਹੜਾ ਅੰਮ੍ਰਿਤਸਰ ਦੀ ਨੀ ਕਿਵੇਂ ਰੱਖੀ ਸੀ ਕਿਉਂਕਿ ਜਿਹੜੇ ਗੁਰੂ ਅਮਰਦਾਸ ਜੀ ਦੀ ਬੇਟੀ ਸੀ ਬੀਬੀ ਭਾਨੀ ਇਹਨਾਂ ਨੂੰ ਕੁਝ ਜ਼ਮੀਨ ਮਿਲੀ ਸੀ ਕਿ ਅਕਬਰ ਨੇ ਪੈਣ ਦਿੱਤੀ ਸੀ ਤਾਂ ਉਸੇ ਜਗ੍ਹਾ ਦੇ ਉੱਪਰ ਕੀ ਸੀਗਾ ਰਾਮਦਾਸਪੁਰ ਮਤਲਬ ਅੰਮ੍ਰਿਤਸਰ ਦੀ ਨੀ ਰੱਖੀ ਗਈ ਸੀਗੀ ਤਾਂ ਉਹ ਕੁਝ ਪਿੰਡਾਂ ਦੀ ਧਰਮੀ ਇਹਨਾਂ ਨੂੰ ਮਿਲੀ ਸੀਗੀ ਤਾਂ ਉੱਥੇ ਬਣਾਇਆ ਗਿਆ ਸੀਗਾ ਅਮ੍ਰਿਤਸਰ ਦਾ ਨੀ ਪੱਥਰ ਰੱਖਿਆ ਗਿਆ ਸੀਗਾ ਗੁਰੂ ਜੀ ਨੇ ਸਿੱਖਾਂ ਦੀ ਸਭਾ ਵਿੱਚ ਭਾਈ ਜੇਠਾ ਜੀ ਨੂੰ ਇਹ 33 ਸੋਮ ਦਿੱਤੀ ਅਤੇ ਉੱਥੇ ਸੰਤੋਖ ਸਰ ਅਤੇ ਅਮ੍ਰਿਤਸਰ ਨਾਮੀ ਦੋ ਸਰੋਵਰਾਂ ਦੀ ਖੁਦਾਈ ਦਾ ਕੰਮ ਆਰੰਭ ਕੰਮ ਆਰੰਭ ਕਰਵਾ ਦਿੱਤਾ ਸੀਗਾ ਤੇ ਦੇਖੋ ਹੁਣ ਆ ਦੋਨੇ ਜਿਹੜੇ ਸਰੋਵਰ ਨੇ ਸੰਤੋਖ ਸਰ ਤੇ ਅਮ੍ਰਿਤਸਰ ਨਾਮੇ ਸ਼ੁਰੂ ਕੀਨੇ ਕਰਵਾਇਆ ਸੀਗਾ ਗੁਰੂ ਰਾਮਦਾਸ ਜੀ ਨੇ ਬਟ ਇਹਨਾਂ ਨੂੰ ਕੰਪਲੀਟ ਕੌਣ ਕਰਵਾਏਗਾ ਇਹਨਾਂ ਦੇ ਬੇਟੇ ਅੱਗੇ ਕਰਾਂਗੇ ਹਲੇ ਆਪਾਂ ਉਹ ਇਹਨਾਂ ਨੂੰ ਪੂਰਾ ਕਰਵਾਣਗੇ ਸੰਤੋਖ ਸਰ ਤੇ ਅਮ੍ਰਿਤਸਰ ਇਸ ਤੋਂ ਬਾਅਦ ਆਉਂਦਾ ਆਪਣਾ ਇਹ ਸਾਰਾ ਕੁਛ ਪੰਜਾਬੀ ਦੇ ਵਿੱਚ ਸੀਗਾ ਤੇ ਆਹ ਵਾਲਾ ਪੇਜ ਹੈ ਜੋ ਇੰਗਲਿਸ਼ ਦੇ ਅੰਦਰ ਤੁਸੀਂ ਰੀਡ ਕਰ ਸਕਦੇ ਹੋ ਇਸ ਨੂੰ ਫਿਰ ਆਂਦਾ ਹੈਗਾ ਗੁਰਗੱਦੀ ਤੇ ਬੈਠਣ ਤੋਂ ਬਾਅਦ ਸਾਰਾ ਕੁਛ ਆਪਾਂ ਪੜ ਚੁੱਕੇ ਹਾਂਗੇ ਵੀ ਉੱਥੇ ਗੁਰਦਾਬਾਜ਼ਾਰ ਹੋਣ ਵਿੱਚ ਹੈ 52 ਵਪਾਰੀਆਂ ਨੂੰ ਗੁਰੂ ਜੀ ਨੇ ਕਿਹਾ ਤੁਸੀਂ ਆ ਕੇ ਰਵੋ ਉੱਥੇ ਠੀਕ ਹੈ ਗੁਰੂ ਚੱਕ ਗੁਰੂ ਰਾਮਦਾਸ ਦੇ ਨਾਮ ਨਾਲ ਫੇਮਸ ਹੋ ਸਾਰਾ ਕੁਛ ਆਪਾਂ ਪੜ ਚੁੱਕੇ ਹਾਂਗੇ ਅੱਗੇ ਠੀਕ ਹੈ ਇਹ ਸਾਰਾ ਕੁਛ ਇੰਗਲਿਸ਼ ਦੇ ਅੰਦਰ ਫਿਰ ਆਂਦਾ ਹੈਗਾ ਮਸੰਦ ਪ੍ਰਥਾ ਦਾ ਆਰੰਭ ਅੰਮ੍ਰਿਤਸਰ ਅਤੇ ਸੰਤੋਖ ਸਰ ਸਰੋਵਰਨ ਦੀ ਖੁਦਾਈ ਅਤੇ ਰਮਦਾਸਪੁਰ ਜ ਅੰਮ੍ਰਿਤਸਰ ਸ਼ਹਿਰ ਦੇ ਨਿਰਮਾਣ ਦੇ ਲਈ ਬਹੁਤ ਸਾਰੇ ਧਨ ਦੀ ਲੋੜ ਸੀ ਹੁਣ ਦੇਖੋ ਕੁਛ ਆਪਾਂ ਨੇ ਕੰਸਟਰਕਸ਼ਨ ਕਰਨੀ ਹੈ ਕੁਛ ਬਣਾਣਾਗਾ ਤਾਂ ਪੈਸਾ ਤਾਂ ਚਾਹੀਦਾ ਹੀ ਹੈ ਤਾਂ ਪੈਸੇ ਦੀ ਲੋੜ ਨੂੰ ਪੂਰਾ ਕਰਨ ਦੇ ਲਈ ਗੁਰੂ ਜੀ ਨੇ ਸ਼ੁਰੂ ਕੀਤਾ ਸੀਗਾ ਮਸੰਦ ਪ੍ਰਥਾ ਦਾ ਆਰੰਭ ਤਾਂ ਗੁਰੂ ਰਾਮਦਾਸ ਜੀ ਨੇ ਆਪਣੇ ਕੁਝ ਸ਼ਰਧਾਲੂਆਂ ਨੂੰ ਸਿੱਖ ਸ਼ਰਧਾਲੂਆਂ ਨੂੰ ਧਨ ਇਕੱਠਾ ਕਰਨ ਲਈ ਕਈ ਥਾਵਾਂ ਉੱਤੇ ਭੇਜਿਆ ਸੀ ਤਾਂ ਉਹਨਾਂ ਨੂੰ ਕੀ ਕਹਿਣ ਲੱਗ ਗਏ ਸੀ ਆਪਾਂ ਮਸੰਦ ਕਿਹਾ ਜਾਣ ਲੱਗ ਗਿਆ ਸੀ ਸਿੱਖਾਂ ਕੋਲ ਧਨ ਇਕੱਠਾ ਕਰਨ ਦੇ ਨਾਲ ਨਾਲ ਉਹ ਲੋਕ ਸਿੱਖ ਧਰਮ ਦਾ ਪ੍ਰਚਾਰ ਵੀ ਕਰਦੇ ਸੀ ਮਤਲਬ ਪੈਸਾ ਮੰਗ ਕੇ ਨਹੀਂ ਆਉਂਦੇ ਸੀ ਜਸਟ ਲੋਕਾਂ ਨੂੰ ਗੁਰੂ ਜੀ ਦੀ ਬਾਣੀ ਬਾਰੇ ਵੀ ਸੰਜਾਉਂਦੇ ਸੀਗੇ ਪ੍ਰਚਾਰ ਕਰਦੇ ਸੀਗੇ ਤਾਂ ਇਸ ਤਰ੍ਹਾਂ ਸੰਤ ਪ੍ਰਥਾ ਦੇ ਫਲ ਰੂਪ ਸਿੱਖ ਧਰਮ ਦਾ ਬਹੁਤ ਪ੍ਰਚਾਰ ਹੋਇਆ ਅਤੇ ਕਈ ਗੈਰ ਸਿੱਖਾਂ ਨੇ ਵੀ ਸਿੱਖ ਮਤ ਨੂੰ ਅਪਣਾ ਲਿਆ ਤਾਂ ਕੋਈ ਵੀ Hindu Muslimਾਨ ਸੀਗੇ ਉਹ ਵੀ ਇਸ ਦੇ ਵਿੱਚ ਮਤਲਬ ਸਿੱਖ ਬਣਨ ਲੱਗੇ ਸੀਗੇ ਗੈਰ ਸਿੱਖਾਂ ਤੋਂ ਉਹ ਸਿੱਖ ਬਣਨ ਲੱਗੇ ਸੀਗੇ ਇਸ ਦੇ ਤਹਿਤ ਫਿਰ ਆंदाਗਾ ਸਿੱਖਾਂ ਤੇ ਉਦਾਸੀਆਂ ਦੇ ਵਿੱਚ ਸਮਝੋਤਾ ਹੁਣ ਦੇਖੋ ਸਭ ਤੋਂ ਮੇਨ ਪੁਆਇੰਟ ਕੀ ਹੈਗਾ ਹੁਣ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਬੇਟੇ ਕੌਣ ਸੀਗੇ ਸ੍ਰੀ ਚੰਦ ਬਾਬਾ ਸ੍ਰੀ ਚੰਦ ਸੀ ਸ਼੍ਰੀ ਚੰਦ ਜੀ ਤੇ ਇਹਨਾਂ ਨੇ ਕੀ ਸੀਗਾ ਇਹ ਮਿਲਣ ਆਏ ਸੀਗੇ ਗੁਰੂ ਰਾਮਦਾਸ ਜੀ ਪੇਪਰ ਦੇ ਵਿੱਚ ਕੁਸ਼ਣ ਕੀ ਆਂਦਾ ਹੈਗਾ ਵੀ ਬਾਬਾ ਗੁਰੂ ਨਾਨਕ ਦੇਵ ਜੀ ਦੇ ਵੱਡੇ ਬੇਟੇ ਸ਼੍ਰੀ ਚੰਦ ਜੀ ਕਿਹੜੇ ਗੁਰੂ ਜੀ ਨੂੰ ਮਿਲੇ ਸੀਗੇ ਇਹ ਮਿਲੇ ਸੀਗੇ ਚੌਥੇ ਗੁਰੂ ਰਾਮਦਾਸ ਜੀ ਨੂੰ ਤਾਂ ਉਸੇ ਧਿਆਨ ਰੱਖਣਾ ਹੈਗਾ ਉਰੇ ਦੂਜੇ ਜਾਂ ਤੀਜੇ ਗੁਰੂ ਨੂੰ ਨਹੀਂ ਮਿਲੇ ਸੀਗੇ ਮਿਲੇ ਸੀਗੇ ਚੌਥੇ ਗੁਰੂ ਰਾਮਦਾਸ ਜੀ ਨੂੰ ਕਿਉਂ ਮਿਲਣ ਆਏ ਸੀ ਦੇਖੋ ਗੁਰੂ ਰਾਮਦਾਸ ਜੀ ਦੀ ਬਾਣੀ ਉਪਮਾ ਸੁਣ ਕੇ ਉਦਾਸੀ ਮਤ ਦੇ ਬਾਣੀ ਬਾਬਾ ਸ਼੍ਰੀਚੰਦ ਜੀ ਗੁਰੂ ਰਾਮਦਾਸ ਜੀ ਨੂੰ ਮਿਲਣ ਗਏ ਉਹਨਾਂ ਵਿਚਕਾਰ ਮਹੱਤਮਪੂਰਨ वार्तालाप ਵੀ ਹੋਈ ਬਾਬਾ ਸ਼੍ਰੀਚੰਦ ਜੀ ਗੁਰੂ ਰਾਮਦਾਸ ਜੀ ਦੀ ਨਿਮਰਤਾ ਅਤੇ ਉੱਤਮ ਗੁਣਾਂ ਤੋਂ ਬੇਹਤ ਪ੍ਰਭਾਵਿਤ ਹੋਏ ਅੰਤ ਵਿੱਚ ਉਹਨਾਂ ਨੇ ਮੰਨ ਲਿਆ ਕਿ ਗੁਰੂ ਜਹਬਾਨ ਆਪਣੇ ਉੱਤਮ ਗੁਨਾਕਾਰ ਨਿਗੁਰ ਗੱਦੀ ਦੇ વાਸਵਿਕ ਅਧਿਕਾਰੀ ਸਨ ਸਿੱਟੇ ਵਜੋਂ ਉਦਾਸੀਆਂ ਨੇ ਸਿੱਖਾਂ ਦਾ ਵਿਰੋਧ ਕਰਨਾ ਛੱਡ ਦਿੱਤਾ ਕਿਉਂਕਿ ਉਹਨਾਂ ਦੇ ਲੇ ਬੇਟੇ ਸੀਗੇ ਉਹ ਕਹਿੰਦੇ ਸੀਗੇ ਗੁਰਨਾਨਕ ਦੇਵ ਜੀ ਦੇ ਵੀ ਸਿੱਖ ਕਨ ਉਦਾਸੀ ਮਤਲਬ ਉਦਾਸੀ ਕਰਨੀ ਚਾਹੀਦੀ ਮਤਲਬ ਯਾਤਰਾਵਾਂ ਕਰਨੇ ਚਾਹੀਦੇ ਨੇ ਬਟ ਬਾਕੀ ਗੁਰੂ ਜੀ ਇਸ ਦਾ ਖੰਡਨ ਕਰਦੇ ਸੀ ਉਹ ਕਹਿੰਦੇ ਵੀ ਉਹ ਕੋਈ ਸਿੱਖ ਨਹੀਂ ਹੈਗਾ ਜੋ ਧਰਮ ਨੂੰ ਛੱਡ ਕੇ ਤਿਆਗ ਕਰਕੇ ਆਪ ਘਰ ਨੂੰ ਛੱਡ ਕੇ ਮਤਲਬ ਬਾਹਰ ਜਾਵੇ ਤਾਂ ਇਸ ਦੇ ਕਾਰਨ ਬਾਅਦ ਵਿੱਚ ਬਾਬਾ ਸ਼੍ਰੀ ਚੰਦ ਜੀ ਵੀ ਇਸ ਗੱਲ ਨੂੰ ਮੰਨ ਗਏ ਸੀਗੇ ਫਿਰ ਆਂਦਾ ਹੈਗਾ ਸਿੱਖ ਧਰਮ ਦੇ ਵਿਕਾਸ ਲਈ ਹੋਰ ਕਾਰਜ ਕਿਹੜੇ-ਕਿਹੜੇ ਨੇਗੇ ਬੱਸ ਪੜ ਚੁੱਕੇ ਆਪਾਂ ਦੇਖੋ ਗੁਰੂ ਜੀ ਨੇ ਕੀ ਸ਼ੁਰੂ ਕੀਤਾ ਸੀਗਾ ਗੁਰੂ ਰਾਮਦਾਸ ਜੀ ਨੇ ਸਿੱਖ ਧਰਮ ਦੇ ਵਿਕਾਸ ਲਈ ਕਈ ਹੋਰ ਮਹਾਨ ਕਾਰਜ ਵੀ ਕੀਤੇ ਉਹਨਾਂ ਦੇ ਸਮੇਂ ਵਿੱਚ ਸੰਗਤ ਪੰਗਤ ਮੰਜੀ ਪ੍ਰਥਾ ਆਦੀ ਪ੍ਰਥਾ ਪਹਿਲਾਂ ਵਾਂਗ ਹੀ ਸੁਚੱਜੇ ਢੰਗ ਨਾਲ ਕੰਮ ਕਰਦੇ ਰਹੇ ਮਤਲਬ ਜੋ ਕੁਝ ਪਹਿਲਾਂ ਗੁਰੂਆਂ ਨੇ ਸ਼ੁਰੂ ਕੀਤਾ ਸੀ ਉਹ ਸਾਰਾ ਕੁਝ ਤਾਂ ਹੈਗਾ ਹੀ ਸੀਗਾ ਨਾਲ ਇਹਨਾਂ ਨੇ ਕੀ ਕੀਤਾਗਾ ਸਮਾਜ ਵਿੱਚ ਸੁਧਾਰ ਕਰਨ ਦੇ ਲਈ ਗੁਰੂ ਰਾਮਦਾਸ ਜੀ ਨੇ ਵਿਆਹ ਦੀਆਂ ਰੀਤਾਂ ਦੇ ਸਬੰਧ ਵਿੱਚ ਲਾਵਾਂ ਦੀ ਰਚਨਾ ਕੀਤੀ ਹੈ ਤਾਂ ਲਾਵਾਂ ਨੂੰ ਕਿਹਨੇ ਇੰਟਰੋਡਿਊਸ ਕਰਵਾਇਆ ਸੀਗਾ ਸ੍ਰੀ ਗੁਰੂ ਰਾਮਦਾਸ ਜੀ ਨੇ ਅਤੇ ਉਹਨਾਂ ਨੇ ਵਿਆਹ ਦੇ ਸਮੇਂ ਇਸ ਤਰ੍ਹਾਂ ਹੀ ਗਉਣ ਵਾਲੇ ਸ਼ਬਦਾਂ ਜਿਹਨੂੰ ਕੀ ਬੋਲਦੇ ਆਪਾਂ ਇਹਨੂੰ ਕੌਣ ਗਾਉਂਦਿਆਂ ਨੇ ਇਸ ਤਰ੍ਹਾਂ ਗਾਉਂਦਿਆਂ ਨੇ ਗਿਆ ਕੋੜੀਆਂ ਰਚਨਾ ਵੀ ਕੀਤੀ ਹੈ ਸ੍ਰੀ ਗੁਰੂ ਰਾਮਦਾਸ ਜੀ ਨੇ ਉਹਨਾਂ ਨੇ ਇਹ ਵੀ ਸਿੱਖਾਂ ਨੂੰ ਹੁਕਮ ਕੀਤਾ ਕਿ ਇਹ ਉਹ ਇਨ੍ਹਾਂ ਰਚਨਾਵਾਂ ਨੂੰ ਬਿਆ ਸਮੇਂ ਅਮਲ ਵਿੱਚ ਵੀ ਲਿਓ ਤਾਂ ਗੁਰੂ ਜੀ ਨੇ 679 ਸ਼ਬਦ ਵੀ ਰਚਨੇ ਤਾਂ ਗੁਰੂ ਜੀ ਨੇ 30 ਰਾਗਾਂ ਦੇ ਵਿੱਚ 679 ਸ਼ਬਦ ਨਾਸਤੀ ਜਾਂ ਨਾ ਠੀਕ ਨਾਸਤੀ 679 ਸ਼ਬਦ ਵੀ ਰਚਣਗੇ ਗੁਰੂ ਰਾਮਦਾਸ ਜੀ ਨੇ ਬਟ ਹੁਣ ਦੇਖੋ ਜਿਹੜੇ ਆ ਸ਼ਬਦ ਨੇ ਮਦੂ ਪਿੱਛੇ ਕਿਹਾ ਸੀ ਪੈਂਡਿੰਗ ਰੱਖਣਾਗਾ ਠੀਕ ਹੈ ਤਾਂ 30 ਰਾਗਾਂ ਦੇ ਵਿੱਚ ਗੁਰੂ ਜੀ ਨੇ ਇਹ ਰਚੇ ਨੇਗੇ ਉਰੇ ਬਟ ਕਈ ਕਿ ਜਗ੍ਹਾ ਤੇ ਤੁਨੂ ਕੀ ਕਹਿਣਗੇ ਕਈ ਕਿ ਜਗ੍ਹਾ ਤੇ ਤੁਹਾਨੂੰ ਮਿਲਣਗੇ 638 ਕੋਈ ਕਹੇਗਾ 688 ਬਟ ਅਕੋਰਡਿੰਗ ਟੂ ਮੀ ਬਹੁਤ ਸਾਰੇ ਬੁਕਸ ਦੇ ਵਿੱਚ ਅਨਸਰ ਕੀ ਹੈ ਦਾ 679 ਹੀ ਹੈਗਾ ਜੋ ਗੁਰੂ ਜੀ ਨੇ ਰਚੇ ਨੇ ਤੀਰ ਅਗਾਂ ਦੇ ਵਿੱਚ ਇਹ ਸ਼ਬਦ ਨੇ ਗੁਰੂ ਜੀ ਨੇ ਐਡ ਕੀਤੇ ਨੇ ਇਹ ਧਿਆਨ ਰੱਖਣਾਗਾ ਫਿਰ ਆਂਦਾਗਾ ਗੁਰੂ ਰਾਮਦਾਸ ਜੀ ਦੇ ਮੁੰਗਲ ਸਮਰਾਟ ਅਕਬਰ ਨਾਲ ਮਿੱਤਰਤਾ ਪੂਰਨ ਸੰਬੰਧ ਮਤਲਬ ਅਕਬਰ ਸੀ ਕੀ ਸੀਗਾ ਗੁਰੂ ਜੀ ਦਾ ਮਿੱਤਰ ਸੀਗਾ ਜਿੰਨਾ ਚਿਰ ਗੁਰੂ ਰਾਮਦਾਸ ਜੀ ਗੁਰਗੱਦੀ ਉੱਤੇ ਸ਼ਿਸ਼ੋਭਿਤ ਰਹੇ ਉਹਨਾਂ ਦੇ ਮੁੰਗਲ ਸਮਰਾਟ ਅਕਬਰ ਨਾਲ ਸੰਬੰਧ ਕਾਫੀ ਮਿੱਤਰਤਾ ਪੂਰਨ ਸੰਬੰਧ ਬਣੇ ਰਹੇ ਇੱਕ ਵਾਰੀ ਪੰਜਾਬ ਵਿੱਚ ਚੀਜ਼ਾਂ ਦੇ ਮੁੱਲ ਡਿੱਗ ਪਏ ਤਾਂ ਕੀ ਸੀਗਾ ਹਾਲਤ ਕਾਫੀ ਖਰਾਬ ਹੋ ਗਈ ਜਦੋਂ ਗੁਰੂ ਜੀ ਨੇ ਅਕਬਰ ਨੂੰ ਦੱਸਿਆ ਤਾਂ ਉਸਨੇ ਪੰਜਾਬ ਦੇ ਸਾਰੇ ਕਿਸਾਨਾਂ ਦਾ 1 ਸਾਲ ਦਾ ਭੂਮੀਕਰ ਮਾਫ ਕਰ ਦਿੱਤਾ ਸੀਗਾ ਤਾਂ ਕਰਕੇ ਉਹ ਉਹਨਾਂ ਦੇ ਕਾਫੀ ਅੱਛੇ ਫਰੈਂਡ ਸੀਗੇ ਅਕਬਰ ਤੇ ਗੁਰੂ ਜੀ ਨਾਲ ਫਿਰ ਆਂਦਾ ਹੈ ਗੁਰਗੱਦੀ ਦਾ ਪਿਰਖਾ ਪਿਤਾ ਪੁਰਖੇ સિਧਾਂਤ ਪਹਿਲੇ ਤਿੰਨ ਗੁਰੂ ਸੇਵਾਨਾ ਵਿੱਚੋਂ ਕਿਸੇ ਗੁਰੂ ਨੇ ਵੀ ਆਪਣਾ ਉੱਤਰਾਧਿਕਾਰ ਹੀ ਆਪਣੀ ਸੰਤਾਨ ਵਿੱਚ ਨਿਯੁਕਤ ਨਹੀਂ ਸੀ ਕੀਤਾ ਕਿਉਂਕਿ ਗੁਰੂ ਨਾਨਕ ਦੇਵ ਜੀ ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਇਹਨਾਂ ਦੇ ਵਿੱਚੋਂ ਕਿਸੇ ਨੇ ਵੀ ਆਪ ਦਾ ਮਤਲਬ ਗੁਰਗੱਦੀ ਆਪਦੇ ਬੇਟੇ ਨੂੰ ਜਾਂ ਕੋਈ ਵੀ ਆਪਦੇ ਉੱਤਰਾਧਿਕਾਰ ਨੂੰ ਨਹੀਂ ਸੌਂਪੀ ਸੀ ਪਰ ਗੁਰੂ ਰਾਮਦਾਸ ਜੀ ਨੇ ਆਪਣੇ ਛੋਟੇ ਸਭ ਤੋਂ ਛੋਟੇ ਪੁੱਤਰ ਜੋਗ ਪੁੱਤਰ ਸੀ ਉਹਨਾਂ ਨੇ ਗੁਰੂ ਅਰਜਨ ਦੇਵ ਜੀ ਨੂੰ ਗੁਰਗੱਦੀ ਸੌਂਪੀ ਸੀਗੀ ਕਿਉਂਕਿ ਇਹਨਾਂ ਨੂੰ ਮਤਲਬ ਇੱਕ ਤਰ੍ਹਾਂ ਹੀ ਲਗਾ ਲਓ ਵਰਦਾਨ ਨਹੀਂ ਮਿਲਿਆ ਹੋਇਆ ਸੀ ਕਿਤੇ ਗੁਰੂ ਅਮਰਦਾਸ ਜੀ ਤੇ ਉਹਨਾਂ ਨੇ ਕਿਹਾ ਸੀਗਾ ਵੀ ਤੇਰੀ ਆਉਣ ਵਾਲੀਆਂ ਸੱਤ ਪੀੜੀਆਂ ਇਸ ਗੱਦੀ ਦੇ ਉੱਤੇ ਸਜੋਬਿਤ ਰਹਿਣਗੀਆਂ ਆਪਾਂ ਪੜ ਚੁੱਕੇ ਹਾਂਗੇ ਪਹਿਲਾਂ ਠੀਕ ਹੈ ਉਸ ਤੁਸੀਂ ਦੇਖ ਸਕਦੇ ਹੋਗੇ ਤਾਂ ਹੁਣ ਜਿਹੜੀ ਗੱਦੀ ਸੀਗੀ ਉਹ ਐਨ ਹੀ ਹੈਗਾ ਵੀ ਮਿਲਦੀ ਸੀ ਕਿ ਉਸ ਪਰਸਨ ਦੇ ਅੰਦਰ ਉਹ ਵਾਲੀ ਮਤਲਬ ਗੁਣ ਹੁੰਦਾ ਸੀਗਾ ਤਾਂ ਕਰਕੇ ਉਹ ਗੁਰਗੱਦੀ ਦਿੱਤੀ ਜਾਂਦੀ ਸੀਗੀ ਅਗਲੀ ਜਨਰੇਸ਼ਨ ਫਿਰ ਆਂਦਾਗਾ ਦੇਖੋ ਪਹਿਲੇ ਇਹ ਮੇ ਸਮਝੋ ਆਹ ਇਮੇਜ ਦੇ ਵਿੱਚ ਹੈਗੇ ਨੇਗੇ ਗੁਰੂ ਅਮਰਦਾਸ ਅਮਰਦਾਸ ਜੀ ਇਹ ਇਹਨਾਂ ਦੀ ਬੇਟੀ ਹੈ ਬੀਬੀ ਪਾਨੀ ਬੀਬੀ ਪਾਨੀ ਜੀ ਦੇ ਕੀ ਹੋਗੇ ਫਾਦਰ ਹੋਗੇ ਤੇ ਬੀਬੀ ਪਾਨੀ ਜੀ ਦੇ ਕੌਣ ਨੇਗੇ ਹਸਬੰਡ ਨੇਗੇ ਭਾਈ ਜੇਠਾ ਜੀ ਦੇ ਹੈਗੇ ਨੇ ਬੀਬੀ ਭਾਨੀ ਜੀ ਦੇ ਸਨ ਸ੍ਰੀ ਗੁਰੂ ਅਰਜਨ ਦੇਵ ਜੀ ਤਾਂ ਬੀਬੀ ਭਾਨੀ ਜੀ ਇੱਕ ਐਸੀ ਲੇਡੀ ਸੀਗੀ ਜਿਨ੍ਹਾਂ ਦੇ ਫਾਦਰ ਹਸਬੰਡ ਤੇ ਸਨ ਤਿੰਨੋਂ ਕੀ ਸੀਗੇ ਗੁਰੂ ਦੀ ਪਦਵੀ ਤੇ ਰਹੇ ਨਹੀਂਗੇ ਇਸ ਤੋਂ ਇਲਾਵਾ ਇਹ ਮਤਲਬ ਇਹਨਾਂ ਦੇ ਇਹ ਇੱਕ ਗ੍ਰੈਂਡਮਦਰ ਸੀ ਕਿ ਗੁਰੂ ਹਰਗੋਬਿੰਦ ਜੀ ਦੇ ਤੇ ਗ੍ਰੇਟ ਗ੍ਰੈਂਡਮਦਰ ਸੀ ਮਤਲਬ ਪਰਦਾਦੀ ਸੀ ਗੁਰੂ ਤੇਗ ਬਹਾਦਰ ਜੀ ਦੇ ਪਰਪੜਦਾਦੀ ਸੀ ਕਿ ਇਹ ਕਿਨਾਂ ਦੇ ਗੁਰੂ ਗੋਬਿੰਦ ਸਿੰਘ ਜੀ ਦੇ ਮਤਲਬ ਇਹ ਇੱਕ ਲੇਡੀ ਦੇ ਮਤਲਬ ਅੱਗੋਂ ਸਾਰੇ ਦੇ ਸਾਰੀ ਜਨਰੇਸ਼ਨਸ ਨਾਲ ਕੋਈ ਲਿੰਕ ਰਿਹਾਗਾ ਦਾਦੀ ਪਰਦਾਦੀ ਠੀਕ ਹੈ ਮਦਰ ਡਾਟਰ ਸਾਰਾ ਕੁਝ ਇਹ ਰਹਿਣਗੇ ਇੱਕ ਦੇ ਹੋਰ ਕੋਈ ਵੀ ਲੇਡੀ ਇਦਾਂ ਦੀ ਨਹੀਂ ਹੈਗੀ ਸੀਗੀ ਮਤਲਬ ਸਿੱਕ ਤਰ੍ਹਾਂ ਦੇ ਵਿੱਚ ਜੋ ਗੁਰੂਆਂ ਦੇ ਨਾਲ ਰਿਲੇਟਡ ਸੀਗਾ ਤੇ ਵੀ ਤੁਸੀਂ ਧਿਆਨ ਦੇ ਅੰਦਰ ਰੱਖ ਸਕਦੇ ਹੋਗੇ ਡਾਟਰ ਸੀ ਗੁਰੂ ਅਮਰਦਾਸ ਦੀ ਠੀਕ ਹੈ ਵਾਈਫ ਸੀ ਗੁਰੂ RAMDAS ਜੀ दैट मींस ਭਾਈ ਜੇਠਾ ਜੀ ਦੀ ਮਦਰਸ ਸੀ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਗ੍ਰੈਂਡ ਮਦਰਸ ਸੀ ਗੁਰੂ ਹਰਗੋਬਿੰਦ ਸਿੰਘ ਜੀ ਦੀ ਗ੍ਰੇਟ ਗ੍ਰੈਂਡ ਮਦਰਸ ਸੀ ਗੁਰੂ ਤੇਗ ਬਹਾਦਰ ਜੀ ਦੀ ਗ੍ਰੇਟ ਗ੍ਰੇਟ ਗ੍ਰੈਂਡ ਮਦਰਸ ਸੀ ਹੈ ਗੁਰੂ ਹਰ ਗੁਰੂ ਗੋਬਿੰਦ ਸਿੰਘ ਜੀ ਦੀ ਤਾਂ ਤੁਸੀਂ ਇਸ ਪੁਆਇੰਟ ਨੂੰ ਧਿਆਨ ਦੇ ਅੰਦਰ ਰੱਖ ਸਕਦੇ ਹੋਗੇ ਫਿਰ ਇੱਕ ਪੁਆਇੰਟ ਹੋਰ ਆਉਂਦਾ ਹੈਗਾ ਗੁਰੂ RAMDAS ਜੀ दैट मींस ਭਾਈ ਜੇਠਾ ਜੀ ਨੇ ਭਾਈ ਗੁਰਦਾਸ ਨੂੰ ਕਿੱਥੇ ਭੇਜਿਆ ਸੀਗਾ ਆਗਰਾ ਭੇਜਿਆ ਸੀਗਾ ਕਿਉਂ ਭੇਜਿਆ ਸੀ ਤਾਂ ਜੋ ਗੁਰੂ ਨਾਨਕ ਦੇਵ ਗੁਰੂ ਨਾਨਕ ਦੇਵ ਜੀ ਦੇ ਟੀਚਿੰਗਸ ਨੂੰ ਅੱਗੇ ਫਲਾਇਆ ਜਾਵੇ ਸਪਰੈਡ ਕੀਤਾ ਜਾਵੇ ਤਾਂ ਗੁਰੂ ਰਾਮਦਾਸ ਜੀ ਨੇ ਧਿਆਨ ਰੱਖਣਾਗਾ ਗੁਰੂ ਰਾਮਦਾਸ ਜੀ ਨੇ ਭੇਜਿਆ ਸੀਗਾ ਭਾਈ ਗੁਰਦਾਸ ਨੂੰ ਕਿੱਥੇ ਭੇਜਿਆ ਸੀਗਾ ਆਗਰਾ ਕਿਉਂ ਭੇਜਿਆ ਸੀਗਾ ਭੇਜਿਆ ਸੀਗਾ ਗੁਰੂ ਨਾਨਕ ਦੇਵ ਜੀ ਤੇ ਗੁਰੂ ਨਾਨਕ ਦੇਵ ਜੀ ਦੀਆਂ ਟੀਚਿੰਗਸ ਨੂੰ ਸਪਰੈਡ ਕਰਨ ਦੇ ਲਈ ਅਗਰ ਵੀਡੀਓ ਦੇ ਵਿੱਚ ਕੋਈ ਪਰਨੰਸੀਏਸ਼ਨ ਦੇ ਅੰਦਰ ਕੁਝ ਗਲਤ ਬੋਲਿਆ ਗਿਆ ਤਾਂ ਉਸ ਦੇ ਲਈ ਸੌਰੀ ਔਰ ਤੁਹਾਨੂੰ ਤਿੰਨੋਂ ਵੀਡੀਓ ਦਾ ਲਿੰਕ ਕਮੈਂਟ ਬਾਕਸ ਦੇ ਅੰਦਰ ਜਾਂ ਤੁਹਾਨੂੰ ਡਿਸਕ੍ਰਿਪਸ਼ਨ ਦੇ ਅੰਦਰ ਬਾਕਸ ਦੇ ਅੰਦਰ ਮਿਲ ਜੀਗਾ ਸੋ ਥੈਂਕ ਯੂ